ਅਸੀਂ ਤੇ ਜਿਉਂ ਵਿਆਹ ਕੇ ਉਧਰ ਵੀ ਨਹੀਂ ਰਹਾ ਉਧਰ ਵੀ ਆਏ ਤੇ ਉਧਰ ਇਹਨੇ ਜੁੰਡਿਆਂ ਤੋਂ ਫੜ ਕੇ ਕਿਸੇ ਨੇ ਮਾਰਿਆ ਇਹ ਕਿੰਨੇ ਫੜਿਆ ਕਿੰਨੇ ਤੁਹਾਡੀ ਵੱਲੋਂ 9 ਨੇ ਅੱਛਾ 9 ਫੜ ਕੇ ਸੱਸ ਨੂੰ ਇਦਾਂ ਮਾੜਾ ਸਲੂਕ ਬਣਾ ਕਰਦੀ ਤੇ ਕਹਿੰਦੀ ਜੇ ਤੁਹਾਡੀ ਮਾਂ ਮਰੂਗੀ ਨਾ ਸਾਨੂੰ ਕਹਿੰਦੀ ਸੀ ਤੁਹਾਡੀ ਮਾਂ ਮਰ ਜੂਗੀ ਤੁਹਾਡੇ ਪੇਕੇ ਛੁੱਟ ਜਾਣੇ ਤੇ ਉਹਨਾਂ ਨੇ ਬਾਅਦ ਵਿੱਚ ਦੇਖਿਆ ਤੇ ਉਹਨਾਂ ਨੂੰ ਅੱਥੂ ਜਿਹਾ ਆ ਰਿਹਾ ਸੀ ਮੈਂ ਪੁੱਛਿਆ ਕੀ ਗੱਲ ਹੋਈ ਹੈ ਕਹਿੰਦੇ ਮੈਂ ਚੌਲ ਖਾਦੇ ਆ ਤੇ ਬਾਅਦ ਵਿੱਚ ਉਹਨਾਂ ਦਾ ਰਸੋਈ 'ਚ ਹੀ ਬਾਥਰੂਮ ਨਿਕਲ ਗਿਆ ਮੈਂ ਦਵਾ ਦਵਾ ਉਹਨਾਂ ਨੂੰ ਸ਼ੈਂਪੂ ਕੋਲ ਬਾਹਰ ਲੈ ਕੇ ਗਈ ਕਿ ਚੱਲ ਜੇ ਉਲਟੀ ਵਗੈਰਾ ਆਈ ਤੇ ਨਿਕਲ ਜੂਗਾ ਜੋ ਵੀ ਹੈਗਾ ਉਹਨਾਂ ਨੂੰ ਮੈਂ ਕਰੋਲੀ ਵੀ ਗਈ ਮੂੰਹ 'ਚ ਪਾਣੀ ਵੀ ਪਾਇਆ ਉੱਥੇ ਹੀ ਉਹ ਡਿੱਗ ਪਏ ਉਹਨਾਂ ਦਾ ਸਿਰ ਵੱਜਿਆ ਕੰਧ ਨਾਲ ਅਤੇ ਬਾਅਦ 'ਚ ਫਿਰ ਉਹ ਥੱਲੇ ਬਹਿੰਦੇ ਬਹਿੰਦੇ ਬਹਿ ਗਏ ਅਤੇ ਉਹਨਾਂ ਨੂੰ ਆਪਦੇ ਉੱਪਰ ਲੰਮੇ ਪਾ ਕੇ ਮੈਂ ਪਹਿਲਾਂ ਆਪ ਮੰਜੇ 'ਤੇ ਲੰਮੇ ਪਈ ਫਿਰ ਨਾਲ ਉਹਨਾਂ ਨੂੰ ਪਾ ਕੇ ਫਿਰ ਸਾਈਡ ਤੋਂ ਨਿਕਲੇ ਗੁਰਪ੍ਰੀਤ ਮਤਲਬ ਕੀ ਘਟਨਾ ਵਾਪਰੀ ਆ ਜਿਹੜੀ ਅੱਜ ਮਾਤਾ ਦੇ ਨਾਲ ਘਟਨਾ ਭਾਈ ਇਹ ਵਾਪਰੀ ਆ ਵੀ ਮੈਂ ਰੋਜ਼ ਜਾਣਾ ਡਿਊਟੀ ਡਿਊਟੀ ਤੁਸੀਂ ਕਿੱਥੇ ਕਰਦੇ ਹੋ ਮੈਂ ਪੱਟੀ ਮੇਰੀ ਡਿਊਟੀ ਪਿਆ ਸਾਹਿਬ ਨਾ ਮੈਂ ਅੱਗੇ ਵੀ ਰੋਜ਼ ਜਾਣਾ ਤੇ ਮੈਨੂੰ ਮਗਰੋਂ ਫੋਨ ਕਰ ਦਿੰਦੇ ਹੁੰਦੇ ਵੀ ਕਦੀ ਲੜ ਪਈ ਆ ਕਿਉਂਕਿ ਘਰ ਦੀ ਬਰੇ ਦਾ ਸ਼ੁਰੂ ਤੋਂ ਬੜੀ ਲੜ ਪਈ ਅੱਜ ਫਿਰ ਲੰਬੇ ਦਾ ਹੁਣ ਵੀ ਇਹ ਦੂਜਾ ਮਾਰ ਗੱਲ ਨਹੀਂ ਕਰ ਲਈ ਤੂੰ ਫਿਰ ਮੈਨੂੰ ਸਾਡੇ ਫੋਨ ਕਰ ਕੇ ਮੰਮੀ ਦੇ ਫੋਨ ਵੀ ਮੈਂ ਆਪਣੀ ਫੈਮਿਲੀ ਦੇ ਇੱਥੇ ਮੇਰੇ ਸੱਟ ਤੇ ਗੋਡੇ ਦੇ ਸੱਟ ਲੱਗੀ ਆ ਪਿਆ ਤੇ ਪਹਿਲਾਂ ਹੀ ਸ਼ੁਰੂ ਤੇ ਮੇਰਾ ਭਰਾ ਵੀ ਇਹ ਗੱਲ ਕਹਿੰਦਾ ਹਾਂ ਵੀ ਮਰਵਾ ਟੈਨਸ਼ਨ ਦੇ ਤੂੰ ਚੱਲ ਮੈਂ ਤੇਰੇ ਆਣ ਕੇ ਧਮਕੀਆਂ ਦਿੰਦੇ ਰਹੇ ਤੈਨੂੰ ਮਰਵਾ ਦੇਣਾ ਮੈਨੂੰ ਅਜੇ ਵੀ ਮਰਵਾ ਸਕਦੇ ਉਹਦਾ ਪੁਲਿਸ ਵਾਲਿਆਂ ਦੇ ਸਾਹਮਣੇ ਇਹਨੇ ਇਹ ਗੱਲ ਕਹੀ ਇਹਦੇ ਭਰਾ ਨੇ ਕਿ ਮੈਂ ਤੈਨੂੰ ਮਰਵਾਉਣਾ ਜੇ ਇਹਨੂੰ ਇਹਨਾਂ ਦੇ ਘਰ ਦੇ ਵਿੱਚ ਇਹਦਾ ਭਰਾ ਆਉਂਦਾ ਜੇ ਕੋਈ ਵੀ ਘਟਨਾ ਹੋਏ ਜੇ ਕੋਈ ਮਰਦਾ ਜੀ ਤੇ ਮੈਂ ਨਹੀਂ ਇਹ ਜੋ ਤੁਹਾਡੀ ਮਾਤਾ ਦੀ ਹੁਣ ਸੱਟ ਲੱਗੀ ਆ ਤੁਸੀਂ ਉਹਨੂੰ ਕੋਈ ਹਸਪੀਟਲ ਲੈ ਗਏ ਹੋ ਹਸਪੀਟਲ ਪਹਿਲਾਂ ਇੱਥੇ ਚੈੱਕ ਕਰਵਾਇਆ ਆਪਣੇ ਆਪਣੇ ਮੈਡੀਕਲ ਸਟੋਰ ਤੋਂ ਵੀ ਚੈੱਕ ਕਰਿਓ ਮਾੜਾ ਉਹਨਾਂ ਨੇ ਕਿਹਾ ਵੀ ਹੈ ਨਹੀਂ ਕਿ ਪੂਰੇ ਹੋ ਗਏ ਫਿਰ ਮੈਂ ਮੁੜ ਕੇ ਹਾਰ ਕੇ ਮੈਂ ਡਾਕਟਰ ਅਲਗੋਂ ਕੋਠੀ ਮੋਨੇ ਦੇ ਲੈ ਗਿਆ ਉਹਨਾਂ ਨੇ ਵੀ ਕਿਹਾ ਕਿ ਤੇਰੇ ਨਹੀਂ ਕੋ ਹੈਗੇ ਨਹੀਂ ਹੈਗੇ ਡੈਥ ਹੋ ਗਏ ਤੇ ਹੋਰ ਮਤਲਬ ਤੁਸੀਂ ਕੀ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੈ ਜਾਂ ਪੁਲਿਸ ਇੱਥੇ ਮੌਕੇ ਤੇ ਆਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਕਰਦੀ ਇਹ ਮੌਕੇ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਆਈ ਡੀਐਸਪੀ ਆਇਆ ਤੇ ਸੇਮ ਸੀ SHO ਆਇਆ ਹੋਰ ਸਾਰੇ ਪੁਲਿਸ ਪ੍ਰਸ਼ਾਸਨ ਆਇਆ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਕਾਰਵਾਈ ਇਹੀ ਚਾਹੁੰਦੇ ਹਾਂ ਵੀ ਮੇਰੀ ਮਾਂ ਨੂੰ ਸਾਥ ਦਿੱਤਾ ਜਾਏ ਬਜ਼ੁਰਗ ਮੇਰੀ ਮਾਂ ਨੇ ਮਾਰ ਦਿੱਤਾ ਮੈਨੂੰ ਵੀ ਖਤਰਾ ਮੈਨੂੰ ਕੱਲ੍ਹ ਨੂੰ ਮਾਰ ਸਕਦੇ ਆ ਮੈਂ ਅੱਜ ਵੀ ਕਹਿੰਦਾ ਜਿਹੜੇ ਮੂੰਹ ਉਹਨਾਂ ਨੇ ਛੜਿਆ ਉਹ ਪੁਲਿਸ ਦੇ ਸਾਹਮਣੇ ਕਹਿੰਦਾ ਕਿ ਕੋਈ ਨਹੀਂ ਮਾਰਦਾ ਕਿ ਸਾਡਾ ਕੀ ਬਣ ਜਾਣਾ ਅੱਜ ਮੈਨੂੰ ਖਤਰਾ ਹੈ ਨਾਲ ਮੈਂ ਅੱਜ ਵੀ ਕਹਿੰਦਾ ਮੈਨੂੰ ਖਤਰਾ ਮੈਂ ਰੋਜ਼ ਡਿਊਟੀ ਜਾਣਾ ਮੈਨੂੰ ਕਹਿੰਦਾ ਰਾਜ ਕਿੱਥੇ ਪੜ ਲੈਣਾ ਹੈ ਤੇ ਮੈਨੂੰ ਇਨਸਾਫ ਦਿਓ ਠੀਕ ਕੀ ਘਟਨਾ ਵਾਪਰੀ ਮਤਲਬ ਚਰਨ ਕੌਰ ਸਿੰਘ ਅੱਛਾ ਮੈਂ ਉਧਰੋਂ ਕੰਮ ਤੋਂ ਆਈ ਸੀ ਇਹ ਕਿੱਥੇ ਤੁਸੀਂ ਕੰਮ ਕਿੱਥੇ ਕਰਦੇ ਫੁੱਲ ਸਾਹਿਬ ਅੱਛਾ ਜੀ ਬੱਚੇ ਸਾਹਿਬ ਫੁੱਲ ਹਾਂਜੀ अपना जुंडिया तो फड़ के मारिया ਤੇ ਫਿਰ ਇਹਦਾ ਬੀਪੀ ਵੱਧ ਗਿਆ ਬੀਪੀ ਚੈੱਕ ਕਰਾ ਕੇ 200 ਬੀਪੀ ਹੋਇਆ ਮੈਂ ਫੋਨ ਤੇ ਪੁੱਛਿਆ ਮਹਾ ਚੱਲ ਬੱਚਿਆਂ ਨੂੰ ਛੁੱਟੀਆਂ ਨਹੀਂ ਮਿਲਦੀਆਂ ਪੇਪਰ ਹੁੰਦੇ ਆ ਅਸੀਂ ਆਵਾਂਗੇ ਫਿਰ ਮਾਂ ਰੋ ਰੋ ਕੇ ਮੈਨੂੰ ਫੋਨ ਤੇ ਦੱਸਣ ਦੀ ਮਹਾ ਚੱਲ ਕੋਈ ਨਹੀਂ ਅਸੀਂ ਆਵਾਂਗੇ ਤੇ ਪੁੱਛਾਂਗੇ ਉਹ ਤੂੰ ਕਿਉਂ ਇਤਰਾ ਕਰਦੀ ਫਿਰ ਅੱਜ ਨੂੰ ਹੱਥ ਨਹੀਂ ਲਾਉਣ ਦਿੰਦੀ ਪਾਣੀ ਦਾ ਕੋਈ ਇਦਾਂ ਮਾੜਾ ਸਲੂਕ ਬਣਾ ਕਰਦੀ ਤੇ ਕਹਿੰਦੀ ਜੇ ਤੁਹਾਡੀ ਮਾਂ ਮਰੂਗੀ ਨਾ ਸਾਨੂੰ ਕਹਿੰਦੀ ਸੀ ਤੁਹਾਡੀ ਮਾਂ ਮਰ ਜੂਗੀ ਤੁਹਾਡੇ ਪੇਕੇ ਛੁੱਟ ਜਾਣੇ ਤੁਸੀਂ ਇੱਥੇ ਪੜੂਗੀ ਆ ਘਰ ਸਾਨੂੰ ਇੱਥੇ ਆਇਆ ਕਹਿੰਦੇ ਇਸ ਕੁੰਜ ਉਹਦਾ ਪਿਛਲੀ ਵਾਰ ਨਹੀਂ ਆਇਆ ਕਿੰਦੇ ਵਿਆਹ ਤੇ ਬੰਦੇ ਦਾ ਫਰਕ ਕੀ ਆ ਨਹੀਂ ਤੈਨੂੰ ਵੀ ਮਾਰ ਦੇਣਾ ਸਾਨੂੰ ਕਹਿੰਦੀ ਤੇਰੇ ਭਰਾ ਨੂੰ ਵੀ ਮਾਰ ਦੇਣਾ ਇੱਥੋਂ ਤਾਂ ਹੀ ਕਹਿੰਦੀ ਹੈ ਇਹਦਾ ਭਰਾ ਵੀ ਹੈ ਤਾਂ ਇਹਦਾ ਜਿਹੜਾ ਭਰਾ ਵਾ ਨਾ ਭਰਾ ਤੇ ਮਾਂ ਆਏ ਉਹ ਕਹਿੰਦੇ ਵਿੱਚ ਦੀ ਕੰਧ ਮਾਰੋ ਇਹਨਾਂ ਦੀ ਪਹਿਲਾਂ ਕੰਧ ਦੀਆਂ ਗੱਲਾਂ ਕਰਦੇ ਰਹੇ ਤੇ ਇਹਨਾਂ ਤੂੰ ਸਾਨੂੰ ਕਹਿੰਦਾ ਤੇਰੇ ਘਰ ਕਿਤੇ ਕੰਧ ਸੱਜੀ ਹੈ ਥੋੜੀ ਮਾਰ ਦੇਂਦੀ ਲਾਹੌਰ ਤੋਂ ਤੇ ਫਿਰ ਇਹਨੂੰ ਕੁੜੀ ਦਾ ਉਸੇ ਵੇਲੇ ਫੜ ਕੇ ਨੇ ਜੁੜਦੇ ਤੇ ਅਸੀਂ ਇੱਥੇ ਆ ਗਏ ਨਹੀਂ ਇਹ ਤੁਹਾਡੀ ਭੈਣ ਇੱਥੇ ਰਹਿੰਦੀ ਹੈ ਹਾਂਜੀ ਇੱਥੇ ਰਹਿੰਦੀ ਹੈ ਇਹਦੇ ਤਲਾਕ ਹੋਏ ਵਿਚਾਰੀ ਦੀ ਫਿਰ ਸੁੱਖ ਨਹੀਂ ਮਿਲਿਆ ਵਿਚਾਰੀ ਫਿਰ ਮੰਤਰੀਆਂ ਘਰੇ ਇਹ ਕੰਮ ਕਰਦੀ ਇਹ ਤਾਂ ਆਪਦੀ ਕਰਕੇ ਇਹ ਤਾਂ ਆਪਦੀ ਕਰਕੇ ਖਾਂਦੀ ਹੈ ਇਹਨੂੰ ਕਹਿੰਦੀ ਆ ਵੀ ਤੂੰ ਵੀ ਨਿਕਲ ਜਾ ਤੂੰ ਵੀ ਨਿਕਲ ਜਾ
जे अं आने तो सू कहे पेके मुक जाए मां मार नहीं एक दिन रखना नहीं जी क्योंकि सानू डर पैगा सानू पता नहीं मुंडे कदो मार दे साडी कुड़ी नू पता नहीं कदो मार दे अहीं इत्थे इहनू नहीं रखना चाहुंदे जी कोमल ने नौ मेरी ने अज मेनू मारिया आ मारिया आ मारे उधर परसों चौथे झाड़ू मारे की घटना वापरी मेरा नाम कोमलप्रीत कौर तो अज सुबह ही सब कुछ वधिया सी घर वाले मेरे ड्यूटी पर चले गए तो इन्हें जी एक सिस्टर इतने रेंदे वो काम कर चले गए तो मम्मा थोड़े जे मैंटली अपसेट रेंदे आ तो उन्हां दा ध्यान भी मैं रखती हाँ बच्चे का भी सारे घर का काम भी मैं करती हाँ तो दोपहर जे थोड़ा जि 11 बजे टाइम तो मम्मा कहते मैं भुख लगी मैं चौल खा ला तो मैं मना किया बने हुए से कल रात के तो मैं बच्चे को सौन लग पी दुध पी रहा से तो मम्मा ने आपे फट के चौल खा ले जो रसोई के भांडे फट के मैं देखा जाके बच्चे को छुड़ा दिता उस वे दुध मैं देखती की करते पे तो उन्होंने बाद देखा तो उन्होंने अथू जहा आ रहा है मैं पूछे की गल हुई है कहते मैं चौल खाते हैं तो बाद रसोई ही बाथरूम निकल गया मैं दवा दवा उन्होंने शैंक को बहर लैके गई कि चल जे उल्टी वगैरह आई हो तो निकल जूगा जो भी है उन्होंने मैं करूड़ी भी गई मूँह च पानी भी पाया उत्थे ही डिग पे उन्होंने सिर वजा कंध न तो बाद फिर हम थले बहते बहते बह गए मैं कल ही घर उस टाइम कोई नहीं हैगा मैं बाद उन्होंने खिंच के इतने दूजी साइड मंजा से उत्थे लैके आता तो उन्होंने आपके उपर लम्मे पा के मैं पहला आप मंजे से लम्मे पई फिर उन्होंने पा के फिर साइड तो निकली मैं अपने हसबेंड फोन किया कि गल हुई मतलब कि सारी गल दसी तो कहते तू एक बार चेक कर ला कि वैसे ही बेहोश हो होने अगे भी हो जाता कई बार तो मैं देखा उन्होंने कि सह वगैरह दिल की धड़कन भी सुनी तो मैं चलो लगा कि हाले सह चल रहे धड़कन चल रही उन्होंने तो कहते तू डॉक्टर को बुला लिया मैं नाल ही चाची जी का घर वा उन्होंने बुलाया चाची जी डॉक्टर को बुला चल गए फिर मैं चाची जी के नौ बुलाया कि मेरे को आ जाओ वो आए तो इन्होंने फोन किया अपनी भैन मंत्री घरे होंगे ने कहते फोन नहीं चुकती पी मैं दोबारा फोन ला के देखता वा वो काफ़ी 15-20 मिनट बाद आए तो डॉक्टर ने फिर आके चेक किया तो कहते नब्ज नहीं चल पाई तो इन ही गल हुई है कि यो कह रहे हैं कि तुम इधर किया जो भी गल हैगी मैं सारे यो दसी है हसबेंड भी मैं उस वे कॉल कर दी जलों मैंने वो लगा कि है ना कोई गलबात नहीं तो मैं कॉल ना करती चौल रात रात बने चौल हाँ जी रात फ्रिज में पै हुए चाची जी ने बुलाई चाची जी ने पुलिस वाले भी दी गवाही दी है कि मैं जो घरे आई कुड़ी कली नहीं घरे आया नौ लाके लिया लिया जो डॉक्टर आ गया हाँ जी आज पिंड ने बुलाया मैं कली सी घरे उस टाइम मैं उन्होंने इतों तक लैके आई हूँ मंजे से पाया ला मैं तो यह सारी गल चाची जी ने पुलिस वाले भी दसी अच जी महमूदपुरा पिंड घटना वापरी आ कार्रवाई की गई घर सानू एस आई सरदार बलविंदर सिंह चौकी इंचार्ज अलगों ਸਾਡਾ ਅਮਰਕੋਟ ਵਿੱਚ ਮੌਜੂਦ ਸੀ ਜਿੱਥੇ ਉਹਨਾਂ ਨੂੰ ਬਲਜੀਤ ਕੌਰ ਪੁੱਤਰੀ ਖਜਾਨ ਸਿੰਘ ਅਤੇ ਉਹਨਾਂ ਦਾ ਭਰਾ ਗੁਰਪ੍ਰੀਤ ਸਿੰਘ ਪੁੱਤਰ ਖਜਾਨ ਸਿੰਘ ਨੇ ਆ ਕੇ ਤਲਾਹ ਦਿੱਤੀ ਕਿ ਉਹਨਾਂ ਦੀ ਮਾਤਾ ਚਰਨ ਕੌਰ ਜਿਸ ਦੀ ਉਮਰ ਕਰੀਬ 65 ਸਾਲ ਹੈ ਦੀ ਮੌਤ ਹੋ ਚੁੱਕੀ ਹੈ ਅਤੇ ਉਹਦਾ ਕਾਰਨ ਆ ਵੀ ਜਿਹੜੀ ਬਲਜੀਤ ਕੌਰ ਹੈ ਉਹਦੀ ਭਰਜਾਈ ਕਮਲਪ੍ਰੀਤ ਕੌਰ ਗੁਰਪ੍ਰੀਤ ਕੌਰ ਦੀ ਪਤਨੀ ਜਿਹੜੀ ਸੀ ਉਹਨਾਂ ਦਾ ਘਰ ਦੇ ਵਿੱਚ ਮਾਤਾ ਦੇ ਨਾਲ ਅਤੇ ਗੁਰਪ੍ਰੀਤ ਨਾਲ ਘਰੇਲੂ ਕਲੇਸ਼ ਰਹਿੰਦਾ ਸੀ
अज भी वह दसती है वो भी जी मदई आ बयान करता बलजीत कौर ने दसिया भी अज भी मेरी भरजाई ने मेरी माता के नाल मतलब जोड़ा वो धक्का मुक्की किया जिस तरह वो मौत हो गई जो एस आई बलविंदर सिंह वालों 304 IPC के तहत मुकदमा दर्ज करके कौमल प्रीत कौर के कौर जी लाश है वह पोस्टमार्टम वास्ते सिविल हॉस्पिटल पट्टी की मोर्चरी से रखा दी गई है जिथे डॉक्टर के बोर्ड वालों मैडिकल कराया जाएगा मैडिकल रिपोर्ट आने डगाई के नाल सीनियर अफसर दिन हदायतों के मुताबिक डीपली जी वो तफतीश करके जो जायज कार्रवाई होगी वो करके दोषी जल्दी तो जल्दी गिरफ्तार करके उन्हें कानूनी कार्रवाई करके सख्त तो सख्त सजा पाई जाए। धन्यवाद सर।